ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਥੇ ਇੱਕ ਸ਼ਾਤਰ ਚੋਰ ਬਾਈਕ ਨੂੰ ਚੋਰੀ ਕਰੇਗਾ। ਬੜੇ ਹੀ ਸ਼ਾਤਰ ਢੰਗ ਦੇ ਨਾਲ ਆਲਾ ਦੁਆਲਾ ਦੇਖਣ ਤੋਂ ਬਾਅਦ ਇਹ ਚੋਰ ਬਾਈਕ ਤੇ ਜਾ ਕੇ ਬੈਠ ਗਿਆ ਔਰ ਇਸਨੇ ਬਾਈਕ ਮੋੜਿਆ, ਪਿੱਛੇ ਨੂੰ ਲੈ ਗਿਆ, ਫਿਰ ਅੱਗੇ ਜਾ ਕੇ ਕਿੱਕ ਮਾਰੀ ਸਟਾਰਟ ਹੋਇਆ। ਬੜੀ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕਰਕੇ ਇਹ ਚੋਰ ਰਫੂ ਚੱਕਰ ਹੋ ਗਿਆ। ਅੰਮ੍ਰਿਤਸਰ ਦੇ ਦਸ਼ਮੇਸ਼ ਨਗਰ ਮਜੀਠਾ ਰੋਡ ਦੇ ਇੱਕ ਘਰ ਦੇ ਬਾਹਰ ਇਹ ਬਾਈਕ ਖੜਾ ਸੀ, ਜਿਸ ਨੂੰ ਕੁਝ ਪਲਾਂ ਦੇ ਵਿੱਚ ਹੀ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ। ਪਰ ਇਸ ਦਾ ਪੂਰਾ ਕਾਰਨਾਮਾ ਘਰ ਦੇ ਬਾਹਰ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸ਼ਖਸ ਦੇ ਵੱਲੋਂ ਚੰਗੀ ਤਰ੍ਹਾਂ ਦੇਖਿਆ ਗਿਆ ਕਿ ਇਹ ਬਾਈਕ ਨੂੰ ਕੌਣ ਇੱਥੇ ਲੈ ਕੇ ਆਇਆ। ਫਿਰ ਹੌਲੀ ਹੌਲੀ ਇਸਨੇ ਆਪਣਾ ਕਾਰਨਾਮਾ ਕੀਤਾ, ਬਾਈਕ ਦੇ ਉੱਤੇ ਬੈਠਾ ਅੱਗੇ ਜਾ ਕੇ ਸਟਾਰਟ ਕੀਤੀ ਔਰ ਇੱਥੋਂ ਰਫੂ ਚੱਕਰ ਹੋ ਗਿਆ। ਇਸ ਦਾ ਪੂਰਾ ਕਾਰਾ ਨਜ਼ਦੀਕ ਦੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਇਸ ਸ਼ਾਤਰ ਚੋਰ ਦੇ ਵੱਲੋਂ ਕੁਝ ਹੀ ਸੈਕਿੰਡਾਂ ਦੇ ਵਿੱਚ ਖੜੀ ਬਾਈਕ ਨੂੰ ਚੋਰੀ ਕੀਤਾ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਥੇ ਇੱਕ ਸ਼ਾਤਰ ਚੋਰ ਬਾਈਕ ਨੂੰ ਚੋਰੀ ਕਰੇਗਾ। ਬੜੇ ਹੀ ਸ਼ਾਤਰ ਢੰਗ ਦੇ ਨਾਲ ਆਲਾ ਦੁਆਲਾ ਦੇਖਣ ਤੋਂ ਬਾਅਦ ਇਹ ਚੋਰ ਬਾਈਕ ਤੇ ਜਾ ਕੇ ਬੈਠ ਗਿਆ ਔਰ ਇਸਨੇ ਬਾਈਕ ਮੋੜਿਆ, ਪਿੱਛੇ ਨੂੰ ਲੈ ਗਿਆ, ਫਿਰ ਅੱਗੇ ਜਾ ਕੇ ਕਿੱਕ ਮਾਰੀ ਸਟਾਰਟ ਹੋਇਆ। ਬੜੀ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕਰਕੇ ਇਹ ਚੋਰ ਰਫੂ ਚੱਕਰ ਹੋ ਗਿਆ। ਅੰਮ੍ਰਿਤਸਰ ਦੇ ਦਸ਼ਮੇਸ਼ ਨਗਰ ਮਜੀਠਾ ਰੋਡ ਦੇ ਇੱਕ ਘਰ ਦੇ ਬਾਹਰ ਇਹ ਬਾਈਕ ਖੜਾ ਸੀ, ਜਿਸ ਨੂੰ ਕੁਝ ਪਲਾਂ ਦੇ ਵਿੱਚ ਹੀ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ। ਪਰ ਇਸ ਦਾ ਪੂਰਾ ਕਾਰਨਾਮਾ ਘਰ ਦੇ ਬਾਹਰ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸ਼ਖਸ ਦੇ ਵੱਲੋਂ ਚੰਗੀ ਤਰ੍ਹਾਂ ਦੇਖਿਆ ਗਿਆ ਕਿ ਇਹ ਬਾਈਕ ਨੂੰ ਕੌਣ ਇੱਥੇ ਲੈ ਕੇ ਆਇਆ। ਫਿਰ ਹੌਲੀ ਹੌਲੀ ਇਸਨੇ ਆਪਣਾ ਕਾਰਨਾਮਾ ਕੀਤਾ, ਬਾਈਕ ਦੇ ਉੱਤੇ ਬੈਠਾ ਅੱਗੇ ਜਾ ਕੇ ਸਟਾਰਟ ਕੀਤੀ ਔਰ ਇੱਥੋਂ ਰਫੂ ਚੱਕਰ ਹੋ ਗਿਆ। ਇਸ ਦਾ ਪੂਰਾ ਕਾਰਾ ਨਜ਼ਦੀਕ ਦੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਇਸ ਸ਼ਾਤਰ ਚੋਰ ਦੇ ਵੱਲੋਂ ਕੁਝ ਹੀ ਸੈਕਿੰਡਾਂ ਦੇ ਵਿੱਚ ਖੜੀ ਬਾਈਕ ਨੂੰ ਚੋਰੀ ਕੀਤਾ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਥੇ ਇੱਕ ਸ਼ਾਤਰ ਚੋਰ ਬਾਈਕ ਨੂੰ ਚੋਰੀ ਕਰੇਗਾ। ਬੜੇ ਹੀ ਸ਼ਾਤਰ ਢੰਗ ਦੇ ਨਾਲ ਆਲਾ ਦੁਆਲਾ ਦੇਖਣ ਤੋਂ ਬਾਅਦ ਇਹ ਚੋਰ ਬਾਈਕ ਤੇ ਜਾ ਕੇ ਬੈਠ ਗਿਆ ਔਰ ਇਸਨੇ ਬਾਈਕ ਮੋੜਿਆ, ਪਿੱਛੇ ਨੂੰ ਲੈ ਗਿਆ, ਫਿਰ ਅੱਗੇ ਜਾ ਕੇ ਕਿੱਕ ਮਾਰੀ ਸਟਾਰਟ ਹੋਇਆ। ਬੜੀ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕਰਕੇ ਇਹ ਚੋਰ ਰਫੂ ਚੱਕਰ ਹੋ ਗਿਆ। ਅੰਮ੍ਰਿਤਸਰ ਦੇ ਦਸ਼ਮੇਸ਼ ਨਗਰ ਮਜੀਠਾ ਰੋਡ ਦੇ ਇੱਕ ਘਰ ਦੇ ਬਾਹਰ ਇਹ ਬਾਈਕ ਖੜਾ ਸੀ, ਜਿਸ ਨੂੰ ਕੁਝ ਪਲਾਂ ਦੇ ਵਿੱਚ ਹੀ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ। ਪਰ ਇਸ ਦਾ ਪੂਰਾ ਕਾਰਨਾਮਾ ਘਰ ਦੇ ਬਾਹਰ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸ਼ਖਸ ਦੇ ਵੱਲੋਂ ਚੰਗੀ ਤਰ੍ਹਾਂ ਦੇਖਿਆ ਗਿਆ ਕਿ ਇਹ ਬਾਈਕ ਨੂੰ ਕੌਣ ਇੱਥੇ ਲੈ ਕੇ ਆਇਆ। ਫਿਰ ਹੌਲੀ ਹੌਲੀ ਇਸਨੇ ਆਪਣਾ ਕਾਰਨਾਮਾ ਕੀਤਾ, ਬਾਈਕ ਦੇ ਉੱਤੇ ਬੈਠਾ ਅੱਗੇ ਜਾ ਕੇ ਸਟਾਰਟ ਕੀਤੀ ਔਰ ਇੱਥੋਂ ਰਫੂ ਚੱਕਰ ਹੋ ਗਿਆ। ਇਸ ਦਾ ਪੂਰਾ ਕਾਰਾ ਨਜ਼ਦੀਕ ਦੇ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਇਸ ਸ਼ਾਤਰ ਚੋਰ ਦੇ ਵੱਲੋਂ ਕੁਝ ਹੀ ਸੈਕਿੰਡਾਂ ਦੇ ਵਿੱਚ ਖੜੀ ਬਾਈਕ ਨੂੰ ਚੋਰੀ ਕੀਤਾ ਗਿਆ।